ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਅਤੇ CRPF ਦੇ ਜਵਾਨਾਂ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਸਪੈਸ਼ਲ ਨਾਕੇ ਲਗਾ ਕੇ ਰਾਹਗੀਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹਰ ਆਉਣ ਜਾਣ ਵਾਲੀ ਗੱਡੀ ਦੀ ਵੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਬਰੀਕੀ ਦੇ ਨਾਲ ਚੈਕਿੰਗ। ਸ਼ੱਕਿਆਂ ਉੱਤੇ ਰੱਖੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਤਿੱਖੀ ਨਜ਼ਰ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਅੰਦਰ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੇ ਪੱਧਰ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਸ਼ਹਿਰ ਅੰਦਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ, ਜਿੱਥੇ ਹਰ ਆਉਣ ਜਾਣ ਵਾਲੀ ਗੱਡੀ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਸ਼ੱਕੀਆਂ ਦੇ ਉੱਤੇ ਵੀ ਖਾਸ ਤੌਰ 'ਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੁਲਿਸ ਨਾਲ ਸਪੈਸ਼ਲ ਤੌਰ 'ਤੇ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੰਡੀਕੇਟ ਦਿੱਤਾ ਗਿਆ ਸੀ ਕਿ ਇਸ ਵਾਰ ਚੋਣਾਂ ਦੇ ਵਿੱਚ ਨਸ਼ੇ ਦੀ ਵੱਡੇ ਪੱਧਰ 'ਤੇ ਸਪਲਾਈ ਹੋ ਸਕਦੀ ਹੈ। ਅਜਿਹੇ 'ਚ ਪੁਲਿਸ ਨੂੰ ਬੜੇ ਸਤਰਕ ਅਤੇ ਐਕਟਿਵ ਰਹਿਣ ਦੀ ਲੋੜ ਹੈ ਅਤੇ ਅਜਿਹੇ ਨਸ਼ੇ ਦੇ ਸੌਦਾਗਰਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸੂਬੇ ਭਰ ਵਿੱਚ ਪੰਜਾਬ ਪੁਲਿਸ ਅਤੇ BSF ਦੇ ਜਵਾਨਾਂ ਵੱਲੋਂ ਮੋਰਚਾ ਸੰਭਾਲਿਆ ਗਿਆ। ਸੜਕਾਂ 'ਤੇ ਬੜੇ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਰਾਹਗੀਰਾਂ ਦੀ ਗੱਡੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਹੋਣੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਮੌਕੇ 'ਤੇ ਅੰਮ੍ਰਿਤਸਰ ਦੇ DCP ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਅੰਦਰ ਪੰਜਾਬ ਪੁਲਿਸ ਅਤੇ CRPF ਦੀਆਂ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ DCP ਵਰਿੰਦਰ ਸਿੰਘ ਖੋਸਾ ਨੇ ਹੋਰ ਕੀ ਕੁਛ ਕਿਹਾ, ਤੁਸੀਂ ਵੀ ਜ਼ਰੂਰ ਸੁਣੋ। ਸਾਡੀ ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਸਾਡੇ ਨਾਲ CRPF ਦੀ ਜੋ ਫੋਰਸ ਤੈਨਾਤ ਕੀਤੀ ਗਈ ਹੈ, ਉਸ ਦੇ ਮੁਤਾਬਕ ਸਾਡੇ ਸਾਰੇ ਚਾਰੇ ਥਾਣਿਆਂ ਦੇ ਵਿੱਚ ਹਾਫ ਆਫ CRPF ਦਾ ਸੈਕਸ਼ਨ ਨਾਲ ਚਾਰ ਮੁਲਾਜ਼ਮ ਪੰਜਾਬ ਪੁਲਿਸ ਦੇ, ਸੋ ਸਾਡੀ ਅਲੱਗ ਅਲੱਗ ਜਗ੍ਹਾ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਕਾਨੂੰਨ ਅਤੇ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਸਾਡੇ ਵੱਲੋਂ ਰੋਜ਼ਾਨਾ ਹੀ ਅਲੱਗ ਅਲੱਗ ਜਗ੍ਹਾ 'ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ। ਬਾਕੀ ਫੋਰਸ ਦੀ ਪ੍ਰੈਜੈਂਸ ਵਧਾਈ ਗਈ ਆ, ਜੋ ਸਾਡੇ ਵੱਲੋਂ ਸ਼ਾਮ ਨੂੰ ਅਤੇ ਦਿਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ। ਉਸ ਦੇ ਦੌਰਾਨ ਵੱਧ ਤੋਂ ਵੱਧ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਜੋ ਗਲਤ ਅਨਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਇੱਕ ਸੁਖਨਵਾਂ ਮਾਹੌਲ ਇਲੈਕਸ਼ਨ ਲਈ ਸਿਰਜਿਆ ਜਾ ਸਕੇ ਤਾਂ ਕਿ ਹਰ ਬੰਦਾ ਵਿਦਆਊਟ ਐਨੀ ਫੀਅਰ, ਕਿਸੇ ਵੀ ਡਰ ਤੋਂ ਬਿਨਾਂ, ਜੋ ਉਹਨਾਂ ਦਾ ਇੱਕ ਮਨੁੱਖੀ ਅਧਿਕਾਰ ਆ, ਉਸ ਨੂੰ ਹਰ ਬੰਦਾ ਆਪਣੀ ਵੋਟ ਦੇ ਸਕੇ। ਸਰ ਕਿੰਨੀਆਂ ਟੀਮਾਂ ਲੱਗੀਆਂ? ਸਾਡੇ ਕੋਲ ਹਜੇ ਤੱਕ ਕਮਿਸ਼ਨ ਦੇ ਵਿੱਚ ਇੱਕ ਕੰਪਨੀ ਆਈ ਹੈ, ਜਿਸ ਦੇ ਤਹਿਤ ਹਾਫ ਆਫ ਸੈਕਸ਼ਨ ਹਰ ਥਾਣੇ ਨੂੰ ਸਾਡੇ ਇੱਥੇ ਚਾਰੇ ਥਾਣੇ ਨੂੰ ਦਿੱਤਾ ਹੋਇਆ ਵਾ, ਜਿੱਥੇ ਸਾਡੇ ਵੱਲੋਂ ਅਲੱਗ ਅਲੱਗ ਜਗ੍ਹਾ 'ਤੇ ਨਾਕਾਬੰਦੀ ਅਤੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫੋਰਸ ਆਉਣ ਦੀ ਸੰਭਾਵਨਾ ਵਾ ਅਤੇ ਡਿਊਰਿੰਗ ਇਲੈਕਸ਼ਨਸ ਹੋਰ ਵੀ ਜ਼ਿਆਦਾ ਫੋਰਸ ਤੈਨਾਤ ਕੀਤੀ ਜਾਊਗੀ। ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜੋ ਤੁਹਾਡੇ ਵਾਸਤੇ ਪੰਜਾਬ ਪੁਲਿਸ ਅਤੇ CRPF ਫੋਰਸਿਸ ਤੈਨਾਤ ਨੇ, ਇਸ ਕਰਕੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਡਰ ਜਾਂ ਫੀਅਰ ਦੀ ਲੋੜ ਨਹੀਂ ਹੈ। ਬਾਕੀ ਜੋ ਮਾੜੇ ਅਨਸਰ ਹੈ ਉਹਨਾਂ ਲਈ ਚੇਤਾਵਨੀ ਹੈ ਕਿ ਪੁਲਿਸ ਅਤੇ ਪੈਰਾਮਿਲਟਰੀ ਫੋਰਸਿਸ ਪੱਬਾਂ ਭਾਰ ਨੇ, ਅਗਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਕ੍ਰਿਮੀਨਲ ਵਾਰਦਾਤ ਜਾਂ ਕੋਈ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਕੜੇ ਹੱਥਾਂ ਨਾਲ ਨਜਿੱਠਿਆ ਜਾਊਗਾ। ਬਿਲਕੁਲ ਜੀ, ਅੰਮ੍ਰਿਤਸਰ ਦੇ ਵਿੱਚ ਥਰੂ ICCC ਪ੍ਰੋਜੈਕਟ, ਜੋ ਕਿ ਕਾਰਪੋਰੇਸ਼ਨ ਦਾ ਪ੍ਰੋਜੈਕਟ ਹੈ, ਉਸ ਦੇ ਤਹਿਤ ਵੀ ਪੂਰੇ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ ਕੈਮਰਾਜ਼ CCTV ਕੈਮਰਾਜ਼ ਲੱਗੇ ਹੋਏ ਨੇ। ਇਸ ਤੋਂ ਇਲਾਵਾ ਸਾਡੇ ਵੱਲੋਂ ਵੀ ਜੋ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਹਰ ਚੀਜ਼ ਦੀ CCTV ਰਿਕਾਰਡਿੰਗ ਕੀਤੀ ਜਾ ਰਹੀ ਆ, ਕੈਮਰਾ ਰਿਕਾਰਡਿੰਗ ਕੀਤੀ ਜਾਂਦੀ ਆ। ਸੋ ਇਸ ਕਰਕੇ ਪੁਲਿਸ ਪੂਰੀ ਤਰ੍ਹਾਂ ਨਾਲ ਵਿਜੀਲੈਂਟ ਆ, ਫੋਰਸਿਸ ਪੂਰੀ ਤਰੀਕੇ ਨਾਲ ਤੈਨਾਤ ਨੇ। ਇਸ ਕਰਕੇ ਅਗਰ ਕੋਈ ਵੀ ਬੰਦਾ ਲਾਅ ਐਂਡ ਆਰਡਰ ਨੂੰ ਜਾਂ ਕਾਨੂੰਨ ਨੂੰ ਆਪਣੇ ਹੱਥੀਂ ਲੈਂਦਾ ਵਾ ਤਾਂ ਉਸਨੂੰ ਕੜੇ ਹੱਥਾਂ ਨਾਲ ਨਜਿੱਠਿਆ ਜਾਊਗਾ। ਠੀਕ, ਥੈਂਕ ਯੂ।